ਬੀਤੇ ਦਿਨ ਸਹੁੰ ਚੁੱਕਣ ਤੋਂ ਬਾਅਦ ਪਹਿਲੀ ਵਾਰ PMO ਪਹੁੰਚੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜਿਨ੍ਹਾਂ ਨੇ ਆਪਣਾ ਕਾਰਜਭਾਰ ਸੰਭਾਲ ਲਿਆ। ਸੋ ਇੱਥੇ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿੱਥੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ PMO ਪਹੁੰਚ ਚੁੱਕੇ ਨੇ। ਬੀਤੇ ਦਿਨ ਹੀ ਉਹਨਾਂ ਦਾ ਸਹੁੰ ਚੁੱਕ ਸਮਾਗਮ ਵਿੱਚ ਤੀਸਰੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਉਹਨਾਂ ਨੇ ਆਪਣੇ ਅਹੁਦੇ ਦੀ ਸਹੁੰ ਚੁੱਕੀ। ਇਹ ਪਹਿਲੀ ਵਾਰ ਹੈ ਜਦੋਂ ਕਿਸੇ ਪ੍ਰਧਾਨ ਮੰਤਰੀ ਨੇ ਲਗਾਤਾਰ 3 ਵਾਰ ਇਹ ਤਸਵੀਰਾਂ ਨੇ PMO ਦੀਆਂ, ਜਿੱਥੇ ਕਿ ਇਹ ਨਵੀਂ ਸਰਕਾਰ ਦੀ ਅੱਜ ਪੇਟੀ ਮੀਟਿੰਗ ਵੀ ਅੱਜ ਸ਼ਾਮ ਹੋਣੀ ਹੈ। ਲੇਕਿਨ ਉਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਪਣਾ ਕਾਰਜਭਾਰ ਸਾਂਭ ਲਿਆ ਗਿਆ। ਸੋ ਤਸਵੀਰਾਂ ਸਾਹਮਣੇ ਆਈਆਂ ਨੇ। ਅੱਜ ਸ਼ਾਮ ਨੂੰ ਅਹਿਮ ਬੈਠਕ ਵੀ ਹੋਣੀ ਹੈ, ਸਰਕਾਰ ਦੀ ਅਪਲੇਠੀ ਬੈਠਕ ਹੋਏਗੀ ਸ਼ਾਮ 5 ਵਜੇ। ਉਹਨਾਂ ਦੀ ਰਿਹਾਇਸ਼ PM ਦੀ ਉੱਥੇ ਬੈਠਕ ਰੱਖੀ ਗਈ ਹੈ ਕਿ ਕੁਝ ਰੋਡ ਮੈਪ ਰਹੇਗਾ, ਕਿਸ ਨੂੰ ਕੀ ਵਿਭਾਗ ਮਿਲਦਾ, ਕੀ ਪੋਰਟਫੋਲੀਓਜ਼ ਮਿਲਦੇ ਨੇ, ਇਸ 'ਤੇ ਸਭ ਦੀ ਨਜ਼ਰ ਹੈ। ਬਹਿਰਹਾਲ ਇਹ ਤਸਵੀਰਾਂ ਤੁਸੀਂ ਜੋ ਦੇਖ ਰਹੇ ਹੋ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਤੀਜੇ ਕਾਰਜਕਾਲ ਦਾ ਜਿਹੜਾ ਹੈ ਕੰਮਕਾਜ ਸੰਭਾਲ ਲਿਆ ਇੱਥੇ। ਔਰ ਨਾਲ ਤਮਾਮ ਸੰਸਥਾ ਨੂੰ ਇਹ ਤਾਕੀਦ ਕੀਤੀ ਗਈ ਹੈ ਜਿਹੜੇ ਮੰਤਰੀ ਰਹੇ ਨੇ ਕਿ ਜੋ ਪਿਛਲੇ ਸਰਕਾਰ ਦੇ ਪੈਂਡਿੰਗ ਕੰਮ ਰਹੇ ਨੇ ਪਹਿਲਾਂ ਉਸ ਨੂੰ ਹੱਲ ਕੀਤਾ ਜਾਏ। ਹਰਪ੍ਰੀਤ ਬੰਦੇਸ਼ਾ ਸਾਡੇ ਨਾਲ ਜੁੜ ਚੁੱਕੇ ਨੇ। ਹਰਪ੍ਰੀਤ, ਸੋ ਜਿਸ ਨਾਲ PMO ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਆਪਣਾ ਕਾਰਜਭਾਰ ਉਹਨਾਂ ਨੇ ਸਾਂਭ ਲਿਆ ਅੱਜ? ਬਿਲਕੁਲ, ਦੇਖੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਨੇ ਉਹ ਆਪਣਾ ਕਾਰਜਭਾਰ ਸੰਭਾਲ ਚੁੱਕੇ ਨੇ ਤੇ ਉਸ ਦੇ ਨਾਲ ਹੀ ਉਹਨਾਂ ਵੱਲੋਂ ਜਿਹੜਾ ਪਹਿਲਾ ਡਿਸੀਜਨ ਹੈ ਉਹ ਵੀ ਲੈ ਲਿਆ ਗਿਆ ਕਿ ਪਹਿਲੀ ਫਾਈਲ ਜਿਹੜੀ ਹੈ ਸਾਈਨ ਕੀਤੀ ਗਈ ਹੈ ਉਸਦੀ ਤਸਵੀਰ ਵੀ ਸਾਫ਼ ਹੋ ਗਈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਿਹੜੀ ਪਹਿਲੀ ਫਾਈਲ ਸਾਈਨ ਕੀਤੀ ਗਈ ਉਹ ਕੀਤੀ ਗਈ ਕਿਸਾਨ ਨਿਧੀ ਰਿਲੀਜ਼ ਦੀ, ਜਿਹੜੀ ਕਿ ਪ੍ਰਧਾਨ ਮੰਤਰੀ ਵੱਲੋਂ ਕਿਸਾਨਾਂ ਦੇ ਖਾਤੇ ਜਿਹੜੇ ਪੈਸੇ ਜਾਂਦੇ ਨੇ ਉਸ ਨੂੰ ਦਿੱਤੇ ਗਏ ਨੇ। ਪ੍ਰਧਾਨ ਮੰਤਰੀ ਜੋ ਰਿਲੀਜ਼ ਪ੍ਰਧਾਨ ਮੰਤਰੀ ਕਾਰਵਾਲੇ ਨੂੰ ਦਿੱਤਾ ਗਿਆ ਉਹ ਸਿੱਧੇ ਤੌਰ ਤੇ ਲਿਖਿਆ ਗਿਆ ਕਿ ਜਿਹੜਾ ਐਗਰੀਕਲਚਰ ਸੈਕਟਰ ਹੈ ਉਸਨੂੰ ਅੱਗੇ ਚਲਾਇਆ ਜਾਏਗਾ, ਉਸਦੇ ਕੰਮ ਨੂੰ ਰੁਕਣ ਨਹੀਂ ਦਿੱਤਾ ਜਾਏਗਾ ਬਲਕਿ ਹੋਰ ਜ਼ਿਆਦਾ ਅਸੀਂ ਇਹਦੇ 'ਚ ਕੰਮ ਕਰਾਂਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਤੀਸਰੇ ਟਰਮ ਦੀ ਸਹੁੰ ਚੁੱਕਣ ਦੇ ਨਾਲ ਹੀ ਜਿਹੜੀ 12ਵੀਂ ਇੰਸਟਾਲਮੈਂਟ ਹੈ, ਜਿਹੜੀ 12ਵੀਂ ਕਿਸ਼ਤ ਹੈ ਪ੍ਰਧਾਨ ਮੰਤਰੀ ਕਿਸਾਨ ਦੀ ਯੋਜਨਾ ਦੀ, ਉਹ 9.3 ਯਾਨੀ ਕਿ 9.3 ਕਰੋੜ ਕਿਸਾਨਾਂ ਨੂੰ ਜਿਸਦਾ ਫਾਇਦਾ ਹੋਏਗਾ, ਲਗਭਗ 20,000 ਕਰੋੜ ਰੁਪਏ ਦੀ ਉਹਨਾਂ ਵੱਲੋਂ ਜਾਰੀ ਕਰ ਦਿੱਤੀ ਗਈ ਹੈ। ਇਸ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਾਈਲ ਸਾਈਨ ਕਰਨ ਮਗਰੋਂ ਕਿਹਾ ਵੀ ਹੈ ਕਿ ਸਾਡੀ ਜਿਹੜੀ ਸਰਕਾਰ ਹੈ ਉਹ ਪੂਰੀ ਤਰੀਕੇ ਨਾਲ ਕਮਿਟਡ ਹੈ ਕਿਸਾਨ ਕਲਿਆਣ ਵਾਸਤੇ। ਇਸ ਤਰੀਕੇ ਦੇ ਕੰਮ ਜਿਹੜੇ ਨੇ ਅੱਗੇ ਵੀ ਕੀਤੇ ਜਾਣਗੇ ਕਿਸਾਨ ਕਲਿਆਣ ਨੂੰ ਲੈ ਕੇ। ਅਸੀਂ ਚਾਹੁੰਦੇ ਹਾਂ ਕਿ ਕਿਸਾਨੀ ਤੇ ਜਿਹੜਾ ਖੇਤੀਬਾੜੀ ਸੈਕਟਰ ਹੈ ਇਹ ਹੋਰ ਅੱਗੇ ਵਧੇ। ਇਹ ਤਸਵੀਰ ਸਾਫ਼ ਹੋ ਗਈ ਜਿਹੜੀ ਗੱਲ ਅਸੀਂ ਪਹਿਲਾਂ ਵੀ ਕਰ ਰਹੇ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਆਪਣਾ ਕਾਰਜਭਾਰ ਸੰਭਾਲਣ ਜਾ ਰਹੇ ਨੇ, ਕਾਰਜਭਾਰ ਸੰਭਾਲਣ ਸਾਰੀ ਜਿਹੜੀ ਪਹਿਲੀ ਫਾਈਲ ਸਾਈਨ ਹੋਈ ਹੈ ਉਹ ਖੇਤੀਬਾੜੀ ਨੂੰ ਲੈ ਕੇ ਹੋਈ ਹੈ, ਕਿਸਾਨੀ ਨੂੰ ਲੈ ਕੇ ਹੋਈ ਹੈ। ਇਹ ਮੰਨਿਆ ਜਾਏ ਕਿ ਸਰਕਾਰ ਬੇਸ਼ੱਕ ਪੰਜਾਬ 'ਚ ਕੁਝ ਹਾਸਲ ਨਾ ਕਰ ਸਕੀ ਹੋਵੇ, ਕਿਸਾਨੀ ਦਾ ਵਿਰੋਧ ਉੱਥੇ BJP ਦਾ ਖੁਦ ਜ਼ਿਆਦਾ ਹੁੰਦਾ ਹੋਵੇ, ਲੇਕਿਨ ਸਰਕਾਰ ਕੰਮ ਕਰਨ ਹੈ, ਕੰਮ ਕਰਨਾ ਚਾਹੁੰਦੀ ਹੈ, ਲੇਕਿਨ ਸਵਾਲ ਇਹ ਵੱਡਾ ਹੈ ਕਿ ਕਿਸਾਨ ਇਸ ਨੂੰ ਪ੍ਰਵਾਨ ਕਰਨਗੇ, ਕਿਉਂਕਿ ਜਿਹੜਾ 2,000 ਰੁਪਇਆ ਦਿੱਤਾ ਜਾਂਦਾ ਹੈ ਸਾਲ ਦਾ, 6,000 ਰੁਪਇਆ ਦਿੱਤਾ ਜਾਂਦਾ ਹੈ, ਉਸ ਨੂੰ ਲੈ ਕੇ ਬੜੇ ਸਵਾਲ ਕੀਤੇ ਜਾਂਦੇ ਨੇ ਕਿ ਰਕਮ ਥੋੜ੍ਹੀ ਹੈ, ਪੈਸੇ ਨੂੰ ਹੋਰ ਜ਼ਿਆਦਾ ਵਧਾਇਆ ਜਾਣਾ ਚਾਹੀਦਾ, ਪੈਸਾ ਕਿਸਾਨ ਨੂੰ ਹੋਰ ਚਾਹੀਦਾ, ਉਸ ਦੀ ਗੱਲ ਕਰਨ BJP ਤੇ ਹੁਣ, ਕਿਉਂਕਿ ਪ੍ਰਧਾਨ ਮੰਤਰੀ ਨੇ 62 ਵਾਰੀ ਆਪਣੀ ਕੁਰਸੀ ਤੇ ਪਹਿਲੀ ਜਿਹੜੀ ਰਿਲੀਜ਼ ਕੀਤੀ ਫਾਈਲ ਜਿਹੜੀ ਸਾਈਨ ਕੀਤੀ ਹੈ ਉਸ ਤੇ ਸਾਫ਼ ਤੌਰ ਤੇ 20,000 ਕਰੋੜ ਲਗਭਗ ਜਿਹੜਾ ਪੈਸਾ ਉਹ ਉਹਨੇ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ। 9.3 ਕਰੋੜ ਦੇ ਕਰੀਬ ਜਿਹੜੇ ਕਿਸਾਨ ਨੇ ਸਿੱਧੇ ਤੌਰ ਤੇ ਜਿਹਨਾਂ ਨੂੰ ਇਸਦਾ ਫਾਇਦਾ ਹੋਏਗਾ। ਬਿਲਕੁਲ, ਔਰ ਜਿੱਥੇ ਕਿ ਆਪਣੀ ਤਸਵੀਰਾਂ ਆਪਣੇ ਦਰਸ਼ਕਾਂ ਨੂੰ ਦਿਖਾ ਰਹੇ ਹਾਂ, ਪ੍ਰਧਾਨ ਮੰਤਰੀ ਵੱਲੋਂ ਜਿਹੜਾ PMO ਪਹੁੰਚੇ ਨੇ ਤੇ ਕਾਰਜਭਾਰ ਸਾਂਭ ਲਿਆ ਗਿਆ, ਔਰ ਪਹਿਲੀ ਫਾਈਲ ਵੀ ਸਾਈਨ ਕਰਤੀ ਗਈ ਹੈ ਜੋ ਕਿਸਾਨਾਂ ਨਾਲ ਸੰਬੰਧਿਤ ਹੈ। ਜਿਸ ਤਰ੍ਹਾਂ ਸਾਡੇ ਸਹਿਯੋਗੀ ਜਾਣਕਾਰੀ ਦੇ ਰਹੇ ਨੇ ਕਿ ਇੱਥੇ ਕਿਸਾਨ ਸਨਮਾਨ ਨਿਧੀ ਦੀ 17ਵੀਂ ਕਿਸ਼ਤ ਜਾਰੀ ਕਰ ਦਿੱਤੀ ਗਈ ਹੈ। ਹਾਲਾਂਕਿ ਹਰਪ੍ਰੀਤ, ਜਿਹੜੀਆਂ ਕਿਸਾਨਾਂ ਨੂੰ ਲੈ ਕੇ ਇਹ ਪਹਿਲੀ ਫਾਈਲ ਪ੍ਰਧਾਨ ਮੰਤਰੀ ਨੇ ਆਪਣੇ
ਤੀਜੇ ਕਾਰਜਕਾਲ ਦੀ ਸਭ ਤੋਂ ਪਹਿਲਾਂ ਸਾਈਨ ਕੀਤੀ ਹੈ। ਕਿਸਾਨਾਂ ਨੂੰ ਜਿਹੜਾ ਹੈ ਮੁੱਖ ਰੱਖਿਆ ਗਿਆ। ਆਪਣੇ ਭਾਸ਼ਣਾਂ ਵਿੱਚ ਵੀ ਅਕਸਰ ਕਿਸਾਨਾਂ ਦੀ ਭਲਾਈ ਲਈ ਲਗਾਤਾਰ ਕੰਮ ਕਰਨ ਦੀ ਗੱਲ ਕਹਿੰਦੇ ਨੇ। ਹਾਲਾਂਕਿ ਇਹਨਾਂ ਚੋਣਾਂ ਵਿੱਚ ਅਸੀਂ ਦੇਖਿਆ ਕਿ ਕਿਸਾਨਾਂ ਨੇ ਵਿਰੋਧ ਜੰਮ ਕੇ ਕੀਤਾ। ਭਾਜਪਾ ਉਮੀਦਵਾਰਾਂ ਦਾ ਜਿਸ ਕਦਰ ਵਿਰੋਧ ਹੋਇਆ ਉਸਦਾ ਹੀ ਨਤੀਜਾ ਕਿ ਪੰਜਾਬ ਵਿੱਚ ਤਾਂ ਭਾਜਪਾ 21 ਸੀਟ ਹਾਸਿਲ ਨਹੀਂ ਕਰ ਪਾਈ। ਹਰਿਆਣਾ ਵਿੱਚ ਵੀ ਇਸ ਦੀ ਮਾਰ ਜਿਹੜੀ ਹੈ ਉਹਨਾਂ ਨੂੰ ਪਈ ਹੈ ਔਰ ਕਈ ਥਾਵਾਂ 'ਤੇ ਇਸਦਾ ਨੁਕਸਾਨ ਚੱਲਣਾ ਪਿਆ। ਲੇਕਿਨ ਇਸ ਵਿਚਕਾਰ ਲੱਗਦਾ ਇੰਝ ਹੈ ਜਿਸ ਤਰ੍ਹਾਂ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਸੀਂ ਪਹਿਲਾਂ ਵੀ ਗੱਲ ਕਰ ਰਹੇ ਕਿ ਬਾਡੀ ਲੈਂਗੁਏਜ ਬੀਤੇ ਦਿਨ ਬਿਲਕੁਲ ਅੱਡ ਨਜ਼ਰ ਆਈ ਹੈ। ਪੂਰੇ ਕੌਨਫੀਡੈਂਸ ਦੇ ਨਾਲ ਔਰ ਪੂਰੇ ਜੋਸ਼ ਦੇ ਨਾਲ ਲੱਗਦਾ ਹੈ ਕਿ ਜਿਹੜੀ ਕਈ ਕਮੀਆਂ ਰਹਿ ਗਈਆਂ ਜਾਂ ਜਿਹੜੇ ਜਿਹੜੇ ਮੁੱਦੇ ਉਹਨਾਂ ਦੇ ਲਈ ਪਾਰੂ ਪਏ ਉਹਨਾਂ 'ਤੇ ਕੰਮ ਕਰਨ ਦੀ ਪਹਿਲ ਸ਼ੁਰੂ ਕਰ ਦਿੱਤੀ ਗਈ ਹੈ। ਬਿਲਕੁਲ, ਦੇਖੋ ਹੁਣ ਬੀਜੇਪੀ ਕੋਲ ਆਪਸ਼ਨ ਵੀ ਨਹੀਂ ਹੈਗਾ। ਹੁਣ ਬੀਜੇਪੀ ਦੇਖੋ ਤੀਸਰਾ ਟਰਨ ਹੈ, ਤੀਸਰੇ ਟੈਨਰ ਦੇ ਵਿੱਚ ਐਂਟੀ ਇਨਕੰਬੈਂਸੀ ਵੀ ਜ਼ਾਹਿਰ ਤੌਰ ਤੇ ਰਹੀ, ਸੀਟਾਂ ਘਟੀਆਂ ਜਿਸ ਯੂਪੀ ਵੀ ਜ਼ਾਹਿਰ ਤੌਰ ਤੇ ਰਹੀ, ਸੀਟਾਂ ਘਟੀਆਂ ਜਿਸ ਯੂਪੀ ਤੋਂ ਬਹੁਤ ਜ਼ਿਆਦਾ ਉਮੀਦ ਸੀ ਉੱਥੇ ਯੂਪੀ 'ਚ ਦੂਸਰੇ ਨੰਬਰ 'ਤੇ ਤੁਸੀਂ ਆ ਗਏ। ਸਮਾਜਵਾਦੀ ਪਾਰਟੀ ਨੇ ਆਪਣੇ ਪੂਰੇ ਇਤਿਹਾਸ 'ਚ ਸਭ ਤੋਂ ਚੰਗਾ ਪਰਫਾਰਮੈਂਸ ਦਿੱਤਾ ਹੈ। ਉਹਨਾਂ ਹਾਲਾਤਾਂ ਦੇ ਵਿੱਚ ਬੀਜੇਪੀ ਜ਼ਰੂਰ ਇਹ ਗੱਲ ਚਾਹੇਗੀ ਕਿ ਆਪਣੀ ਪਰਫਾਰਮੈਂਸ ਨੂੰ ਸੁਧਾਰਿਆ ਜਾਏ, ਲੋਕਾਂ ਨਾਲ ਜਿਹੜੇ ਸਿੱਧੇ ਤੌਰ 'ਤੇ ਜੁੜੇ ਮੁੱਦੇ ਨੇ ਉਹਨਾਂ ਨੂੰ ਅੱਗੇ ਲੈ ਕੇ ਜਾਇਆ ਜਾਏ। ਦੇਖੋ ਰਵਨੀਤ ਬਿੱਟੂ ਦਾ ਮੈਂ ਫਿਰ ਜ਼ਿਕਰ ਇੱਥੇ ਕਰਨਾ ਚਾਹੂੰਗਾ। ਰਵਨੀਤ ਬਿੱਟੂ ਨੂੰ ਮੰਤਰੀ ਮੰਡਲ 'ਚ ਇੰਡਕਟ ਕਰਨਾ, ਉਹਨਾਂ ਨੂੰ MOS ਬਣਾਉਣਾ ਕਿਤੇ ਨਾ ਕਿਤੇ ਸੰਦੇਸ਼ ਸਾਫ ਸੀ ਕਿ ਜਿਹੜੀ ਕਿਸਾਨੀ ਸਾਡੇ ਤੋਂ ਨਾਰਾਜ਼ ਹੈ, ਜਿਸ ਕਿਸਾਨ ਭਾਈਚਾਰਾ ਸਾਡੇ ਤੋਂ ਨਾਰਾਜ਼ ਹੈ ਉਸ ਦੇ ਨਾਲ ਅਸੀਂ ਖੜੇ ਹਾਂ, ਅਤੇ ਉਸ ਨੂੰ ਲੈ ਕੇ ਹੀ ਇੱਕ ਕਵਾਇਦ ਜਿਹੜੀ ਹੈ ਬੀਜੇਪੀ ਵੱਲੋਂ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਜਿੱਥੇ ਮੰਤਰੀ ਮੰਡਲ 'ਚ ਇੰਡਕਟ ਕੀਤਾ ਗਿਆ ਉੱਥੇ ਹੀ ਪਹਿਲੀ ਫਾਈਲ ਵੀ ਜਿਹੜੀ ਸਾਈਨ ਹੁੰਦੀ ਹੈ, ਜਿਸ ਜਿਹੜੀ ਪੈਸਾ ਰਿਲੀਜ਼ ਕੀਤਾ ਜਾਂਦਾ 20,000 ਕਰੋੜ ਦੇ ਕਰੀਬ, 9.3 ਲੱਖ ਜਿਹੜੇ ਕਿਸਾਨਾਂ ਨੂੰ ਫਾਇਦਾ ਹੋਏਗਾ ਉਸ ਨੂੰ ਲੈ ਕੇ ਜਿਹੜੀ ਸਰਕਾਰ ਹੈ ਉਹ ਹੁਣ ਆਉਂਦੀ ਨਜ਼ਰ ਆਉਂਦੀ ਹੈ ਕੰਮ ਕਰਦੀ। ਲੇਕਿਨ ਸਵਾਲ ਵੱਡਾ ਹੈ ਕਿ ਕਿਸਾਨ ਇਸ ਪੈਸੇ ਨੂੰ ਜਿਹੜਾ ਪੈਸਾ ਰਿਲੀਜ਼ ਕੀਤਾ ਗਿਆ ਕੀ ਇਸ ਨੂੰ ਪ੍ਰਵਾਨਗੀ ਮਿਲੇਗੀ? ਦੂਸਰੀ ਅਹਿਮ ਚੀਜ਼, ਜਿਹੜਾ ਕਿਸਾਨ ਨਾਰਾਜ਼ ਹੈ MSP ਨੂੰ ਲੈ ਕੇ ਜਾਂ ਕਿਸਾਨੀ ਦੇ ਜਿਹੜੇ ਹੋਰ ਮੁੱਦੇ ਨੇ, ਚਾਹੇ ਉਹ ਲਖੀਮਪੁਰ ਖੀਰੀ ਕਾਂਡ ਦੇ ਦੋਸ਼ੀ ਹੋਣ ਜਾਂ ਦਰਜ ਹੋਏ ਮੁਕੱਦਮੇ ਹੋਣ ਜਾਂ ਫਿਰ ਜੋ ਕੁਛ ਅਸੀਂ ਖਨੌਰੀ ਬਾਰਡਰ 'ਤੇ ਜਾਂ ਸ਼ੰਭੂ ਬਾਰਡਰ 'ਤੇ ਦੇਖਿਆ, ਜਿਸ ਤਰੀਕੇ ਨਾਲ ਉੱਥੇ ਹੋਇਆ ਇੱਕ ਜਵਾਨ ਕਿਸਾਨ ਦੀ ਮੌਤ ਹੁੰਦੀ ਹੈ ਗੋਲੀ ਲੱਗਣ ਨਾਲ, ਇਹ ਤਮਾਮ ਚੀਜ਼ਾਂ ਨੇ, ਇਹਨਾਂ ਸਾਰੀਆਂ ਨੂੰ ਐਡਰੈਸ ਕਰਨਾ ਪਏਗਾ ਬੀਜੇਪੀ ਨੂੰ, ਬੀਜੇਪੀ ਦੇ ਲੀਡਰ। ਬਿਲਕੁਲ, ਉਹ ਵੀ ਇਸ ਵਿਚਕਾਰ ਕਿ ਹੁਣ ਆਪੋਜੀਸ਼ਨ, ਹਰਪ੍ਰੀਤ, ਹੁਣ ਆਪੋਜੀਸ਼ਨ ਵੀ ਮਾਤਾ ਸਟਰੋਂਗ ਹੋ ਕੇ ਖੜੀ ਹੈ। ਅੱਗੇ ਆਪੋਜੀਸ਼ਨ ਇੰਨੀ ਸਟਰੋਂਗ ਨਹੀਂ ਸੀ, ਸੋ ਅਜਿਹੇ ਵਿਚਕਾਰ ਹੁਣ ਕੋਈ ਵੀ ਫੈਸਲਾ ਜਾਂ ਥੋੜ੍ਹੀ ਜਿਹੀ ਵੀ ਕਮੀ ਆਪੋਜੀਸ਼ਨ ਨੂੰ ਬੈਠੇ ਬਿਠਾਏ ਮੌਕਾ ਦੇਗੀ ਔਰ ਸ਼ਾਇਦ ਹੁਣ ਇਹ ਮੌਕਾ ਦੇਣਾ ਨਹੀਂ ਚਾਹਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਂ ਬੀਜੇਪੀ। ਦੇਖੋ ਹੁਣ ਇੱਥੇ ਬੀਜੇਪੀ ਦੀ ਵੀ ਮਜਬੂਰੀਆਂ ਹੋਣਗੀਆਂ, ਬੀਜੇਪੀ ਹੁਣ ਕੋਲੀਸ਼ਨ ਸਰਕਾਰ ਹੈ, ਗਠਬੰਧਨ ਦਾ ਸਮਾਂ ਹੈ, ਅਤੇ ਉਸ ਜਦੋਂ ਗਠਬੰਧਨ ਦਾ ਸਮਾਂ ਉੱਥੇ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਨੂੰ ਮੈਨੇਜ ਕਰਨਾ ਪਏਗਾ, ਤੁਹਾਨੂੰ ਆਪਣੀ ਪਾਲਿਸੀਆਂ ਮੈਨੇਜ ਕਰਨੀਆਂ ਪੈਣਗੀਆਂ, ਤੁਹਾਨੂੰ ਲੀਡਰਸ ਮੈਨੇਜ ਕਰਨੇ ਪੈਣਗੇ, ਤੁਹਾਨੂੰ ਗਠਬੰਧਨ ਦੇ ਜਿਹੜੇ ਸਹਿਯੋਗੀ ਨੇ ਉਹਨਾਂ ਨੂੰ ਮੈਨੇਜ ਕਰਨਾ ਪਵੇਗਾ। ਅਤੇ ਜਦੋਂ ਤੁਸੀਂ ਉਹਨਾਂ ਸਾਰਿਆਂ ਨੂੰ ਮੈਨੇਜ ਕਰੋਗੇ ਤਾਂ ਤੁਸੀਂ ਮੰਨ ਕੇ ਚੱਲੋ ਕਿ ਇੰਨਾ ਸੌਖਾ ਨਹੀਂ ਰਹਿਣ ਵਾਲਾ। ਬੀਜੇਪੀ ਬੇਸ਼ੱਕ 240 ਸੀਟਾਂ ਲੈ ਕੇ ਆਈ ਹੋਵੇ, 32 ਸੀਟਾਂ ਦੂਰ ਹੋਵੇ ਜਾਦੂਈ ਆਂਕੜੇ ਤੋਂ, ਬੇਸ਼ੱਕ ਇਹ ਮੰਨ ਲਿਆ ਜਾਏ ਕਿ ਬੀਜੇਪੀ ਇਹ 32 ਸੀਟਾਂ ਆਉਣ ਵਾਲੇ ਸਮੇਂ 'ਚ ਪੂਰੀਆਂ ਕਰ ਲੈਣਗੇ ਕਿਉਂਕਿ ਬੀਜੇਪੀ ਦੀ ਜਿਹੜੀ ਰਾਜਨੀਤੀ ਉਹ ਇੱਕ ਵੱਖਰੇ ਕਿਸਮ ਦੀ ਹੈ। ਲੇਕਿਨ ਸਵਾਲ ਵੱਡਾ ਹੋਏਗਾ ਕਿ ਜੇਕਰ 272 ਦਾ ਆਂਕੜਾ ਤੁਸੀਂ ਛੂ ਵੀ ਜਾਂਦੇ ਹੋ ਉਸ ਦੇ ਬਾਵਜੂਦ ਤੁਸੀਂ ਕਿ 280 'ਤੇ ਜਾਂਦੇ ਹੋ, 285 'ਤੇ ਜਾਂਦੇ ਹੋ, 290 'ਤੇ ਜਾਂਦੇ ਹੋ, ਇਹ ਬੜਾ ਅਹਿਮ ਰਹੇਗਾ ਅਤੇ ਸੀਟਾਂ ਆਉਣਗੀਆਂ ਕਿੱਥੋਂ, ਇਹ ਬੜਾ ਵੱਡਾ ਸਵਾਲ ਹੋਏਗਾ। ਦੂਸਰੇ ਪਾਸੇ ਜਿਹੜੀ ਗੱਲ ਤੁਸੀਂ ਕਹੀ ਕਿ ਵਿਪਕਸ਼ ਪਹਿਲਾਂ ਬਹੁਤ ਕਮਜ਼ੋਰ ਸੀ, 2 ਵਾਰੀ 'ਤੇ ਵਿਪਕਸ਼ ਦਾ ਨੇਤਾ ਦਾ ਜਿਹੜਾ ਪਦ ਸੀ ਉਸ ਨੂੰ ਲੈਣ ਦੇ ਹਾਲਾਤ 'ਚ ਵੀ ਵਿਪਕਸ਼ ਨਹੀਂ ਸੀ ਹੈਗਾ, ਇਸ ਵਾਰੀ ਵਿਪਕਸ਼ ਮਜ਼ਬੂਤ ਨਜ਼ਰ ਆਉਂਦਾ ਹੈ। ਬਿਲਕੁਲ, ਮਜ਼ਬੂਤ ਜਿਹੜਾ ਵਿਪਕਸ਼ ਹੈ ਉਹ ਕਿਤੇ ਨਾ ਕਿਤੇ ਦਬਾਅ ਬਣਾ ਕੇ ਰੱਖੇਗਾ ਔਰ ਕੋਈ ਵੀ ਫੈਸਲਾ ਜਿਹੜਾ ਹੈ ਬੜਾ ਸੋਚ ਸਮਝ ਕੇ ਫਿਰ ਲੈਣਾ ਹੋਏਗਾ। ਬਹੁਤ ਬਹੁਤ ਸ਼ੁਕਰੀਆ ਇਹ ਸਾਰੀ ਜਾਣਕਾਰੀ ਲਈ।